ਤੇ ਮੌਲੀ ਖਾਦਮ ਸਿਰਫ ਤਕਰੀਰ ਕਰੇ ਤੇ ਲੋਕਾਂ ਦੇ ਢਿੱਡ 'ਚ ਦਰਦ ਪੈ ਜਾਂਦਾ, ਉਹ ਤਕਰੀਰ ਵੀ ਪਿਓ ਦੀ ਨਹੀਂ ਕਰਦਾ। ਹਾਂਜੀ, ਆਪਣੀ ਇਸ ਤਰ੍ਹਾਂ ਦੀ ਗੱਲ ਨਹੀਂ ਕਦੀ ਕੀਤੀ, ਕਦੀ ਕੀਤੀ? ਲੱਖਾਂ ਵਾਰੀ ਸਾਡੇ ਨਾਲ ਲੋਕਾਂ ਨੇ ਗਾਲਾਂ ਵੀ ਕੱਢੀਆਂ, ਸਾਨੂੰ ਲੋਕ ਫੋਨ ਤੇ ਵੀ ਗਾਲਾਂ ਕੱਢਦੇ ਨੇ, ਕਹਿੰਦੇ ਤੂੰ ਬਹੁ ਗੱਲਾਂ ਕਰਨਾ ਹਜ਼ੂਰ ਦੀ ਇੱਜ਼ਤ ਵਾਸਤੇ, ਤੇ ਲੋਕ ਮੈਨੂੰ ਖੱਤ ਵੀ ਬੜੇ ਬੜੇ ਗੰਦੇ ਲਿਖਦੇ ਨੇ ਐਸੇ ਵਾਸਤੇ, ਤੇ ਮੈਂ ਖੁਸ਼ ਹਾਂ ਤੇ ਮੈਂ ਕਦੀ ਵੀ ਉਹਨਾਂ ਖੱਤਾਂ ਦੇ ਜਵਾਬ ਨਹੀਂ ਦਿੱਤੇ। ਮੈਨੂੰ ਪਤਾ ਕੌਣ ਲਿਖਦਾ, ਮੈਨੂੰ ਇਹ ਵੀ ਪਤਾ ਫੋਨ ਕੌਣ ਕਰਦਾ, ਉਹਨਾਂ ਨੂੰ ਪਕੜੇ ਵੀ ਜਾ ਸਕਦੇ ਨੇ। ਮੈਂ ਕਦੀ ਵੀ ਗੱਲ ਨਹੀਂ ਕੀਤੀ, ਮੈਂ ਕਿਹਾ ਯਾ ਅੱਲਾ ਤੇਰਾ ਸ਼ੁਕਰ ਹੈ ਤੂੰ ਆਪਣੇ ਹਬੀਬ ਦੀ ਇੱਜ਼ਤ ਵਾਸਤੇ ਮੈਨੂੰ ਕਬੂਲ ਫਰਮਾ ਲਿਆ। ਕਿਉਂ ਜੀ? ਹੋਰ ਤੇ ਮੈਂ ਕਿਸੇ ਨਾਲ ਕਦੀ ਗੱਲ ਕੋਈ ਨਹੀਂ ਕੀਤੀ, ਹਜ਼ੂਰ ਦੀ ਇੱਜ਼ਤ ਉੱਤੇ ਗੱਲ ਕਰਨਾ, ਤੇ ਅਗਰ ਇਹ ਜੁਰਮ ਹੈ ਤੇ ਇਹ ਜੁਰਮ ਤੇ ਅਸੀਂ ਬਾਰ ਬਾਰ ਕਰਨਾ, ਇਹ ਤੇ ਜੁਰਮ ਸਰੇਦਾਰ ਵੀ ਕਰਨਾ। ਹਾਂ, ਇਹ ਹੀ ਜੁਰਮ ਕਰਦਿਆਂ ਕਰਦਿਆਂ ਤੇ ਕਬਰ ਜਾਣਾ, ਇਹ ਹੀ ਜੁਰਮ ਕਰਦਿਆਂ ਕਰਦਿਆਂ ਤੇ ਕਬਰ ਚ ਉੱਠਣਾ, ਇਹ ਹੀ ਜੁਰਮ ਕਰਦਿਆਂ ਕਰਦਿਆਂ ਤੇ ਹਸ਼ਰ ਚ ਜਾਣਾ, ਇਹ ਹੀ ਜੁਰਮ ਕਰਦਿਆਂ ਕਰਦਿਆਂ ਤੇ ਰਸੂਲੁੱਲਾ ਦੀ ਹਾਜ਼ਰੀ ਹੋਣੀ, ਤੇ ਮਾਲੇ ਖੁਦ ਫਰਮਾ ਦੇਣਗੇ ਜਾਣੇ ਦੋ ਇਹ ਆਪਣਾ ਹੀ ਹੈ। ਇਹਨੇ ਮੇਰੀ ਖਾਤਰ ਬੜੀਆਂ ਗੱਲਾਂ ਕੀਤੀਆਂ, ਇਹਨੇ ਨਾ ਹੁਕਮਰਾਨ ਵੇਖੇ, ਨਾ ਆਪਣੀਆਂ ਮਾਜ਼ੂਰੀਆਂ ਵੇਖੀਆਂ, ਨਾ ਆਪਣੀ ਕਦੀ ਇੱਜ਼ਤ ਦੀ ਗੱਲ ਕੀਤੀ, ਇਹਨੇ ਨਾ ਰਾਤ ਵੇਖੀ, ਨਾ ਦਿਨ ਵੇਖਿਆ, ਨਾ ਨੀਂਦ ਵੇਖੀ, ਨਾ ਭੁੱਖ ਵੇਖੀ। ਅੱਜ ਆ ਜਾ ਬਈ, ਅਸੀਂ ਤਾਂ ਇਹੀ ਚਾਹੁੰਦੇ। ਕਿਉਂ ਜਨਾਬ? ਹੋਰ ਮਕਸਦ ਹੀ ਕੋਈ ਨਹੀਂ, ਹੋਰ ਇਸ ਹਾਲਤ ਚ ਨਾ ਦਿਹਾੜ ਪੂਰੀ, ਨਾ ਰਾਤ ਪੂਰੀ, ਤੇ ਜਿਨ ਆਪਣੀਆਂ ਜਾਨਾਂ ਬਚਾ ਬਚਾ ਕੇ ਰੱਖਣੀਆਂ। ਤੂੰ ਫੇਖ ਸਹੀ, ਜੇ ਰਸੂਲੁੱਲਾ ਚਿਹਰਾ ਫੇਰ ਲਿਆ ਨਾ, ਤਾਂ ਫਿਰ ਗੱਲ ਬਣਨੀ ਕੋਈ ਨਹੀਂ ਆ। ਹਾਂ, ਇਹ ਅੱਜ ਆਜ ਲੈਣ ਕੀ ਪਤਾ।